ਲਾਸ਼ਾਂ ਵਿੱਚੋਂ ਆਪਣਿਆਂ ਨੂੰ ਲੱਭਣ ਦਾ ਦਰਦ, ਉਮੀਦ ਕਿ ਉਹਨਾਂ ਨੂੰ ਘੱਟੋ ਘੱਟ ਇੱਕ ਆਖਰੀ ਵਾਰ ਦੇਖ ਲਈਏ। ਮਾਲਦਾ ਦੇ ਸੀਮਾ ਚੌਧਰੀ ਆਪਣੇ ਪਤੀ ਦੀਪਾਂਕਰ ਮੰਡਲ ਦੀ ਭਾਲ ਕਰ ਰਹੇ ਨੇ। ਛੋਟੇ ਪਿੰਡਾਂ ਅਤੇ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਨਾਆਮ ਲੋਕਾਂ ਦੇ ਲਈ ਰੇਲੀ ਯਾਤਰਾ ਦਾ ਸਭ ਤੋਂ ਸੁਵਿਧਾਜਨਕ ਸਾਧਨ ਸੀ। ਬਾਲਾਸੋਰ ਮੈਂ ਇਹ ਇੱਕ ਬਿਜ਼ਨਸ ਪਾਰਕ ਹੈ। ਐਕਸੀਡੈਂਟ ਮੇਂ ਜੋ ਮ੍ਰਿਤ ਲੋਕ ਥੇ ਉਨਕੇ ਜੋ ਸ਼ਵ ਹੈ ਉਨਕੋ ਯਹਾਂ ਪਰ ਲਾਇਆ ਗਿਆ ਤਾਂ ਕਿ ਜੋ ਰਿਸ਼ਤੇਦਾਰ ਹੈ ਜੋ ਬਹੁਤ ਦੂਰ ਦੂਰ ਸੇ ਆ ਰਹੇ ਹੈ ਵੋ ਯਹਾਂ ਪਰ ਆਏ ਔਰ ਸ਼ਵੋਂ ਕੀ ਪਹਿਚਾਨ ਕਰ ਪਾਏ। ਯਹਾਂ ਪਰ ਲੋਕੋਂ ਕੀ ਮਦਦ ਕੇ ਲੀਏ ਅਲੱਗ ਅਲੱਗ ਡੈਸਕ ਬਣਾਏ ਗਏ ਹੈ, ਲੇਕਿਨ ਜੋ ਰਿਸ਼ਤੇਦਾਰ ਹੈ ਜੋ ਯਹਾਂ ਪਰ ਆ ਰਹੇ ਹੈ ਉਨਕੇ ਲਈ ਯਹਾਂ ਪਰ ਆਉਣਾ ਔਰ ਸ਼ਵੋਂ ਕੀ ਪਹਿਚਾਨ ਕਰਨਾ ਵੋ ਆਸਾਨ ਕਾਮ ਨਹੀਂ ਹੈ। ਹਾਦਸੇ ਤੋਂ ਠੀਕ ਬਾਅਦ ਬਹੁਤ ਸਾਰੀਆਂ ਲਾਸ਼ਾਂ ਨੂੰ ਅੰਦਰ ਇਸੇ ਹਾਲ ਕਮਰੇ ਦੇ ਵਿੱਚ ਰੱਖਿਆ ਗਿਆ। ਇੱਥੋਂ ਦਾ ਮੰਜ਼ਰ ਅਜਿਹਾ ਹੈ ਕਿ ਬਹੁਤ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ। ਹਾਲ ਦੇ ਦੂਜੇ ਪਾਸੇ ਲੱਗੀ ਇਸ ਪ੍ਰੋਜੈਕਟਰ ਸਕਰੀਨ 'ਤੇ ਲਾਸ਼ਾਂ ਦੀਆਂ ਤਸਵੀਰਾਂ ਚੱਲ ਰਹੀਆਂ ਨੇ। ਆਪਣਿਆਂ ਦੀ ਪਛਾਣ ਦੇ ਲਈ ਪਰਿਵਾਰ ਉਹਨਾਂ ਤਸਵੀਰਾਂ ਨੂੰ ਲਗਾਤਾਰ ਦੇਖ ਰਹੇ ਸਨ। ਪਛਾਣ ਕਰਨ ਦੇ ਵਿੱਚ ਮਦਦ ਦੇ ਲਈ ਕੁਝ ਹੋਰ ਅਜਿਹੀਆਂ ਹੀ ਤਸਵੀਰਾਂ ਨਾਲ ਰੱਖੀ ਮੇਜ਼ 'ਤੇ ਪਈਆਂ ਸਨ। ਇਹ ਉਹਨਾਂ ਲੋਕਾਂ ਦੀਆਂ ਹਨ ਜਿਨ੍ਹਾਂ ਦੀਆਂ ਲਾਸ਼ਾਂ ਇੱਥੇ ਲਿਆਂਦੀਆਂ ਗਈਆਂ ਸਨ, ਪਰ ਹੁਣ ਉਹਨਾਂ ਨੂੰ ਹਟਾ ਕੇ ਭੁਵਨੇਸ਼ਵਰ ਦੇ ਹਸਪਤਾਲਾਂ ਦੇ ਵਿੱਚ ਭੇਜ ਦਿੱਤਾ ਗਿਆ। ਪ੍ਰੋਸੈਸ ਜੋ ਹੈ ਯਹਾਂ ਪੇ ਜੋ ਡੈਡ ਬੋਡੀ ਸਾਰੇ ਜਗ੍ਹਾ ਸੇ ਜੋ ਰੈਸਕਿਊ ਕੀਆ ਥਾ ਯਹਾਂ ਪੇ ਰੱਖਾ ਹੁਆ ਥਾ ਯਹਾਂ ਸੇ ਮੂਵ ਹੋਏ ਹੈ ਡਿਫਰੈਂਟ ਹਸਪਿਟਲ ਕੋ। ਤੋ ਡਿਫਰੈਂਟ ਹਸਪਿਟਲ ਕੋ ਜੋ ਮੂਵ ਹੁਆ ਹੈ ਉਸਕਾ ਡਿਟੇਲਸ ਹਮ ਮੇਨਟੇਨ ਕਰ ਰਹੇ ਹੈ। ਤੋ ਜੋ ਰਿਲੇਟਿਵਸ ਆ ਰਹੇ ਉਹ ਆਈਡੈਂਟੀਫਾਈ ਕਰਨੇ ਕੇ ਬਾਅਦ ਉਹ ਹਸਪਿਟਲ ਕੋ ਜਾ ਕੇ ਆਪਣਾ ਡੈਡ ਬੋਡੀ ਲੈ ਸਕਤੇ ਹੈ। ਬਸ ਉਹ ਪ੍ਰੋਸੀਜਰ ਹਮ ਮੇਨਟੇਨ ਕਰ ਰਹੇ ਹੈ। ਯਹਾਂ ਸੇ ਹਸਪਿਟਲਸ ਯਹਾਂ ਸੇ ਬੋਡੀਜ਼ ਕੋ ਮੂਵ ਕਰਨੇ ਕੀ ਕਿਆ ਵਜ੍ਹਾ ਥੀ? ਯਹਾਂ ਪੇ ਉਤਨਾ ਦਿਨ ਰੱਖਣੇ ਕੇ ਲੀਏ ਬੋਡੀ ਕੋ ਪ੍ਰੀਜ਼ਰਵ ਕਰਨੇ ਕੇ ਲੀਏ ਥੋੜਾ ਡਿਫਿਕਲਟੀ ਹੋ ਰਹਾ ਥਾ। ਤੋ ਵਹਾਂ ਪੇ ਬੜਾ ਬੜਾ ਹਸਪਿਟਲ ਹੈ ਭੁਵਨੇਸ਼ਵਰ ਮੈਂ ਇਸੀ ਲਈ ਵਹਾਂ ਪੇ ਲੈ ਕੇ ਗਏ। ਸੁਮਿਤ ਕੁਮਾਰ ਇਨ੍ਹਾਂ ਹੀ ਤਸਵੀਰਾਂ ਦੇ ਵਿੱਚ ਆਪਣੀ ਭੂਆ ਦੇ ਪੁੱਤ ਨੀਰਜ ਕੁਮਾਰ ਨੂੰ ਲੱਭ ਰਹੇ ਨੇ। ਬੋਡੀ ਮਿਲਾ ਨਹੀਂ ਹਮਨੇ ਯਹਾਂ ਪੂਰਾ ਸਰਚ ਕੀਆ ਤੋ ਇਹ ਫੋਟੋ ਮੈਂ ਇਨਕਾ ਦਿਖਾ ਗਿਆ ਤੋ ਫਿਰ ਮੈਨੇ ਪੂਰੇ ਬੋਡੀ ਕੋ 250 ਬੋਡੀ ਥਾ ਜਿਸਕੋ ਮੈਨੇ ਪੂਰਾ ਟੱਚ ਕੀਆ ਤੋ ਔਰ ਆਗੇ ਸੇ ਮੁੱਲੇ ਸੇ ਨਿਕਾਲ ਕੇ ਕੁਛ ਭੁਵਨੇਸ਼ਵਰ ਲੈ ਜਾ ਰਹੇ ਥੇ। ਤੋ ਉਸ ਕਰਮ ਮੈਂ ਸਰ ਇਸਕਾ ਫਿਰ ਹਮਨੇ ਸੋਚਾ ਕਿ ਅਬ ਨਹੀਂ ਮਿਲ ਰਹਾ ਹੈ ਤੋ ਫਿਰ ਮੈਂ ਇਨਕੋ ਬਤਾਇਆ ਕਿ ਹਮਾਰਾ ਬਤਾਈਏ ਕਹਾਂ ਗਿਆ ਬੀਐਨਜੀ ਭਾਈ। ਤੋ ਬੋਲ ਰਹੇ ਕਿ ਅਭੀ ਮੈਂ ਦੇਖਤਾ ਹੂੰ ਲੇਕਿਨ ਉਸਮੇ ਕਹੀਂ ਮਿਲ ਨਹੀਂ ਰਹਾ ਹੈ। ਕਿਤਨੀ ਦੇਰ ਸੇ ਆਪਕੋ? ਮੈਂ ਸਰ ਕੱਲ ਸ਼ਾਮ ਸੇ ਢੂੰਡ ਰਹੇ ਹਾਂ। ਅਭੀ ਤੱਕ ਯੇ ਪਤਾ ਨਹੀਂ ਚੱਲ ਰਹਾ ਕਿ ਕਿਸ ਹਸਪਿਟਲ ਮੈਂ। ਹਾਂ ਜੀ 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 ਬੋਲ ਰਹੇ ਭੁਵਨੇਸ਼ਵਰ 6 ਹਸਪਿਟਲ ਗਏ ਹੈ ਲੇਕਿਨ ਯਹਾਂ ਡਿਸਪੈਚ ਕਰਤੇ ਹੈ ਪ੍ਰਤੇਕ ਕਾ ਐਂਬੂਲੈਂਸ ਨੰਬਰ ਕੇ ਦੁਆਰਾ ਕਿ ਯਹਾਂ ਭੇਜਾ ਗਿਆ ਹੈ ਲੇਕਿਨ ਇਸਕਾ ਕਹੀਂ ਪਤਾ ਹੀ ਨਹੀਂ ਚੱਲਦਾ ਕਹਾਂ ਦਿਆ ਗਿਆ ਹੈ। ਦੂਰੋਂ ਦੂਰੋਂ ਲੋਕ ਇੱਥੇ ਲਾਸ਼ਾਂ ਦੇ ਵਿੱਚ ਆਪਣਿਆਂ ਨੂੰ ਲੱਭਣ, ਉਹਨਾਂ ਦੀ ਪਛਾਣ ਕਰਨ, ਉਹਨਾਂ ਨੂੰ ਵਾਪਸ ਘਰ ਲੈ ਜਾਣ ਲਈ ਆ ਰਹੇ ਨੇ। ਸੁਬਰਤ ਮੁਖੀ ਲਗਾਤਾਰ ਕਈ ਘੰਟਿਆਂ ਤੱਕ ਲਾਸ਼ਾਂ ਨੂੰ ਵਾਹਨਾਂ ਅਤੇ ਐਂਬੂਲੈਂਸਾਂ ਦੇ ਵਿੱਚ ਰੱਖਣ 'ਚ ਮਦਦ ਕਰ ਰਹੇ ਨੇ। ਕੱਲ ਰਾਤ 8 ਵਜੇ ਸੇ ਹਮ ਲੋਕ ਆਏ ਹੈ ਔਰ ਪਰੇਸ਼ਾਨੀ ਤੋਂ ਨਹੀਂ ਹੋ ਰਹਾ ਹੈ, ਦਿੱਕਤ ਹੋ ਰਹਾ ਹੈ, ਕਸ਼ਟ ਲੱਗ ਰਹਾ ਹੈ, ਆਂਸੂ ਆਂਖ ਸੇ ਨਿਕਲਤਾ ਹੈ ਥੋੜ੍ਹਾ ਥੋੜ੍ਹਾ। ਹਮ ਲੋਕ ਕਾ ਵੀ ਹਮ ਲੋਕ ਕਾ ਵੀ ਕੋਈ ਜਬ ਰਹਿਤਾ ਦੁੱਖ ਲੱਗਤਾ ਹੈ, ਉਸਕਾ ਗਾੜੀਆਂ ਨਾ ਰਹੇ ਹੈ, ਕੋਈ ਦੇਖਤਾ ਹੈ ਤੋ ਬੋਲਤਾ ਹੈ ਮੋਰ ਛੁਆ ਕੋ ਦੇਖੀ ਜੋ ਓੜੀਆ ਮੈਂ ਬੋਲ ਰਹਾ ਹੈ, ਕੋਈ
बंगला में बोल रहा है, कोई तमिल में बोल रहा है, जो समझ में आ रहा है वही तो हम लोग बोल रहे हैं। प्रशासन लिए चुनौती वड्डी तां है, पर परिवारां दे लिए अनुभव सौखा नहीं। खास तौर पर बाहरले सूबिया तो आने वाले उन्हां परिवारां दे लिए जिन्हां दे लिए जगह नवी है। ये संतुष्ट है, ऐसे तो ठीक है उन्होंने किया है, बट ये अगर टाउन के अंदर होता और भी अच्छी रहती, क्योंकि बस स्टैंड आपका रेलवे स्टेशन सब तरह कम्युनिकेशन टाउन के अंदर ही है, ये टाउन से थोड़े दूर है, तो उसी लिए थोड़ा अगर टाउन के अंदर ही ये सुविधा कर देती और भी अच्छा होती, तब जाके उनको एक आइडेंटिफिकेशन दे देते और वो सीधा चले आते, आके यहाँ से अपना बॉडी निकाल सकते थे। अभी क्या है, इसमें से बहुत जन आ रहे हैं बट उनको कुछ मिल रहा है नहीं मिल रहा है, सब बॉडीज एक एक करके देखना पड़ रहा है, तो बहुत दुखदायक है वो। इत्थे आम आदमी तो लेके एनजीओ अधिकारी हर तरह के नाल यात्रियों की मदद करन दे विच लगे हुए ने, पर जिन्हां दे नाल ये घटना वापरी है वो शायद ही अपना दर्द बयान कर सकन। विनीत खरे अते शाद मित्तत, बीबीसी बालासोर।